ਅੱਜ ਗੱਲ ਉਸ ਦਰ ਦੀ ਕਰਾਂਗੇ ਜਿਸ ਦੀ ਸੁਰੱਖਿਆ ਨੂੰ ਖਾਸ ਤੌਰ 'ਤੇ ਧਿਆਨ 'ਚ ਰੱਖਦਿਆਂ ਉਸ 'ਤੇ ਲੋਹੇ ਦੀਆਂ ਸਲਾਖਾਂ ਲਗਾਈਆਂ ਗਈਆਂ ਨੇ, ਜਿਨ੍ਹਾਂ ਦੇ ਓਲੇ ਬੈਠੇ ਇਹਨਾਂ ਬੰਦਿਆਂ ਨੂੰ ਨਹੀਂ ਹੈ ਕਿਸੇ ਦਾ ਡਰ। ਇਹ ਤਾਂ ਖੁਦ ਉਹ ਬਹਾਦਰੀ ਵਾਲਾ ਸ਼ਰਬਤ ਵੇਚੀ ਜਾਂਦੇ ਨੇ ਜਿਸ ਨੂੰ ਪੀ ਕੇ ਬੱਕਰੇ ਬੁਲਾਏ ਜਾਂਦੇ ਨੇ, ਲਲਕਾਰੇ ਮਾਰੇ ਜਾਂਦੇ ਨੇ, ਹੰਗਾਮਾ ਕੀਤਾ ਜਾਂਦਾ, ਖਲਾਰੇ ਪਾਏ ਜਾਂਦੇ ਨੇ। ਜੀ ਹਾਂ, ਜਿਵੇਂ ਹੀ ਕਦਮ ਪਹੁੰਚਦੇ ਨੇ ਇੱਥੇ, ਨਿਯਮ ਕਾਇਦੇ ਕਾਨੂੰਨ ਤੰਗ ਦਿੱਤੇ ਜਾਂਦੇ ਨੇ ਛਿੱਕੇ। ਇੱਥੇ ਇਹਨਾਂ ਦਾ ਚੱਲਦਾ ਹੈ ਸਿੱਕਾ, ਸ਼ਰੇਆਮ ਹੁੰਦਾ ਹੈ ਧੱਕਾ। ਕਿਉਂ? ਕਿਉਂਕਿ ਇਹਨਾਂ ਦਾ ਚੱਲਦਾ ਹੈ ਧੱਕਾ, ਇਹ ਤਾਂ ਕਰਦੇ। ਜੀ ਹਾਂ, ਅੱਜ ਗੱਲ ਉਸ ਮੁੱਦੇ ਦੀ ਕਰਾਂਗੇ ਜਿਸ ਦੇ ਚੱਕਰਾਂ 'ਚ ਸੂਬੇ 'ਚ ਜੋ ਪਾਰਟੀ ਸੱਤਾ ਦਾ ਆਨੰਦ ਮਾਣ ਰਹੀ ਹੈ, ਉਸੇ ਪਾਰਟੀ ਦਾ ਸੁਪਰੀਮੋ ਸਲਾਖਾਂ ਪਿੱਛੇ ਵੀ ਪਹੁੰਚਿਆ ਹੋਇਆ। ਕਿਹਾ ਜਾਂਦਾ ਕਿ ਸੂਬੇ ਦੀ ਸਿਆਸਤ ਦੇ ਸਿਖਰ 'ਤੇ ਬੈਠੇ ਇੱਕ ਵੱਡਾ ਸਿਆਸੀ ਆਗੂ ਵੀ ਇਸ ਦਾ ਖਾਸਾ ਸ਼ੌਂਕ ਰੱਖਦਾ ਹੈ। ਜੀ ਹਾਂ, ਸ਼ਰਾਬ, ਦਾਰੂ, ਮਦਰਾ, ਅੰਗਰੇਜ਼ੀ 'ਚ ਜਿਸ ਨੂੰ ਲੀਕਰ ਜਾਂ ਵਿਸਕੀ ਕਹਿੰਦੇ ਨੇ, ਸ਼ਰਾਬ ਜਿਸ 'ਤੇ ਕਈ ਸੂਬਿਆਂ ਦਾ ਮਾਲੀਆ ਸਭ ਤੋਂ ਵੱਧ ਨਿਰਭਰ ਕਰਦਾ ਹੈ, ਸ਼ਰਾਬ ਜਿਸ ਦੀ ਦੁਕਾਨ ਹਰ ਕੁਝ ਦੂਰੀ 'ਤੇ ਸਜੀ ਨਜ਼ਰ ਆ ਜਾਂਦੀ ਹੈ। ਪਰ ਮਸਲਾ ਇੱਥੇ ਇਹ ਹੈ ਕਿ ਇਸ ਨੂੰ ਵੇਚਣ ਦੇ ਜੋ ਨਿਯਮ ਕਾਇਦੇ ਕਾਨੂੰਨ ਨੇ ਉਹਨਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ। ਇਸੇ ਗੱਲ ਨੂੰ ਆਪਣੇ ਖੁਫੀਆ ਕੈਮਰਿਆਂ 'ਚ ਕੈਦ ਕੀਤਾ ਹੈ ਸਾਡੇ ਪੱਤਰਕਾਰ ਨੇ, ਸਾਡੀ ਟੀਮ ਨੇ। ਆਓ ਤੁਹਾਨੂੰ ਲੈ ਚੱਲਦੇ ਹਾਂ ਰੋਪੜ, ਦੂਜਾ ਨਾਂ ਰੂਪਨਗਰ, ਜਿਸ ਰੂਪ ਨੂੰ ਚਾਰ ਚੰਦ ਤਾਂ ਪਤਾ ਨਹੀਂ ਪਰ ਦਾਗ ਜ਼ਰੂਰ ਲੱਗਦੇ ਵਿਖਾਈ ਦੇ ਰਹੇ ਨੇ, ਜਿਸ ਦੀਆਂ ਸੜਕਾਂ 'ਤੇ ਖੁੱਲ੍ਹੇ ਆ ਠੇਕੇ ਟੰਗ ਰਹੇ ਨੇ ਨਿਯਮ ਕਾਇਦੇ ਕਾਨੂੰਨਾਂ ਨੂੰ ਛਿੱਕੇ। ਕਿਵੇਂ? ਲਓ ਵੇਖ ਲਓ। ਨਿਯਮ ਤੇ ਐਕਸਾਈਜ਼ ਪਾਲਿਸੀ ਮੁਤਾਬਕ ਤਾਂ ਸ਼ਰਾਬ ਵੇਚਣ ਵਾਲਾ ਕਿਸੇ ਵੀ ਸ਼ਖਸ ਨੂੰ ਦੋ ਬੋਤਲਾਂ ਤੋਂ ਵੱਧ ਸ਼ਰਾਬ ਨਹੀਂ ਵੇਚ ਸਕਦਾ। ਜੇਕਰ ਕਿਸੇ ਨੇ ਇਸ ਤੋਂ ਵੱਧ ਸ਼ਰਾਬ ਲੈਣੀ ਹੋਵੇ ਤਾਂ ਉਸ ਨੂੰ ਬਕਾਇਦਾ ਇਸ ਦੇ ਲਈ ਅਥਾਰਟੀ ਯਾਨੀ ਕਿ ਆਬਕਾਰੀ ਵਿਭਾਗ ਤੋਂ ਲਾਇਸੈਂਸ ਲੈਣਾ ਪੈਂਦਾ। ਪਰ ਇੱਥੇ ਤਾਂ ਬਿਨਾਂ ਕਿਸੇ ਪੁੱਛਗਿੱਛ, ਬਿਨਾਂ ਕੋਈ ਟੋਕਾ ਟਾਕੀ ਪੇਟੀਆਂ ਦੀਆਂ ਪੇਟੀਆਂ ਵੇਚੀਆਂ ਜਾ ਰਹੀਆਂ ਨੇ। ਪੇਟੀ ਅਲਾਊਡ ਹੈ ਤੁਹਾਨੂੰ ਉੱਥੇ ਵੇਚਣੀ 12 ਬੋਤਲਾਂ ਦੀ? ਹੈਂ, ਪੇਟੀ ਵੇਚਣੀ ਅਲਾਊਡ ਹੈ 12 ਬੋਤਲਾਂ ਦੀ? ਕਿਆ ਨਾਮ ਕਿਆ ਤੁਹਾਡਾ ਭਾਜੀ? ਮੈਂ ਤਾਂ ਇੰਚਾਰਜੇ ਹਾਂ। ਕੀ ਨਾਮ ਤਾਂ ਵੀਡੀਓ ਕਰ ਬੰਦੇ ਯਾਰ, ਯਾਰ ਨਾਮ ਤਾਂ ਦੱਸੋ। ਕੀ ਨਾਂ ਕੀ ਤੁਹਾਡਾ ਭਾਜੀ? ਕਿੰਨੀਆਂ ਬੋਤਲਾਂ 'ਚ? ਇਹਦੇ 12 ਬੋਤਲਾਂ। ਅਤੇ ਬਿੱਲ ਲਿਆ ਨਾ ਤੂੰ? ਬਿੱਲ ਮੈਂ ਮੰਗਿਆ ਸੀ, ਦਿੱਤਾ ਨਹੀਂ। ਕੀ ਕਹਿੰਦੇ? ਕਹਿੰਦੇ ਭਾਜੀ ਨਾਲ ਗੱਲੇ ਕਰਾਤੇ। ਕਿਹਦੇ ਨਾਲ ਗੱਲ ਕਰੇ? ਕਿੰਨੇ ਦੀ ਦਿੱਤੀ ਆ ਇਹ? 2400 ਦੀ। ਕਿਹਦੇ ਨਾਲ ਗੱਲ ਕਰੇ ਤੁਸੀਂ? ਪਤਾ ਨਹੀਂ ਮੈਨੂੰ ਆ ਨੰਬਰ, ਇਹਨਾਂ ਨੂੰ ਪਤਾ ਜੀ ਕਿਹੜਾ ਨੰਬਰ। ਜੀ ਹਾਂ, ਜੇਕਰ ਕੋਈ ਠੇਕੇ ਵਾਲਾ ਇਸ ਤਰ੍ਹਾਂ ਬਿਨਾਂ ਰੋਕ ਟੋਕ ਸ਼ਰਾਬ ਵੇਚਦਾ ਹੈ ਤਾਂ ਕਾਇਦੇ ਨਾਲ ਉਸ ਦੇ ਖਿਲਾਫ ਕਾਰਵਾਈ ਤੇ ਮੋਟਾ ਜੁਰਮਾਨਾ ਬਣਦਾ ਹੈ। ਕਿੰਨਾ ਜ਼ਰਾ ਦੱਸਿਓ ਆਬਕਾਰੀ ਵਿਭਾਗ ਦੇ ਇੰਸਪੈਕਟਰ ਜ਼ੋਰਾਵਰ ਸਿੰਘ ਜੀ। ਦੇਖੋ ਜੀ, ਐਜ਼ ਪਰ ਲੋ ਤਾਂ ਮਤਲਬ 2 ਬੋਤਲਾਂ ਤੋਂ ਵੱਧ ਕੋਈ ਵੀ ਲਾਇਸੈਂਸੀ ਜਿਹੜਾ ਉਹ ਠੇਕੇ ਤੋਂ ਰਿਟੇਲ ਸੇਲ ਨਹੀਂ ਕਰ ਸਕਦਾ। ਅਤੇ ਜੇ ਕੋਈ ਸਾਨੂੰ 2 ਬੋਤਲਾਂ ਤੋਂ ਵੱਧ ਕੋਈ ਲੈ ਕੇ ਬੰਦਾ ਕੋਈ ਫੜਿਆ ਜਾਂਦਾ ਹੈ, ਕੋਈ ਮਤਲਬ ਕੋਈ ਆਉਂਦਾ ਜਾਂਦਾ ਫੜਿਆ ਜਾਂਦਾ ਹੈ, ਅਤੇ ਉਹਦੇ 'ਤੇ 12 ਬੋਤਲਾਂ ਤੱਕ ਸਾਡੇ ਕੋਲ ਪ੍ਰੋਵੀਜ਼ਨ ਹੁੰਦੀ ਹੈ ਵੀ ਅਸੀਂ ਉਹਨੂੰ
ਉਹਦਾ ਨੂੰ ਜੁਰਮਾਨਾ ਕਰ ਸਕਦੇ ਹਾਂ, ਆਪਣਾ ਮਹਿਕਮਾ ਸਾਡਾ ਜੁਰਮਾਨਾ ਕਰ ਸਕਦਾ। ਅਤੇ ਜੇ ਕੋਈ ਸ਼ਰਾਬ ਫੋਰ ਸੇਲ ਇਨ ਪੰਜਾਬ ਹੈਗੀ ਹੈ ਉਹਦੇ 'ਤੇ 1,00,000 ਰੁਪਈਆ ਇੱਕ ਪੇਟੀ ਦਾ ਜੁਰਮਾਨਾ ਹੈਗਾ, ਅਤੇ ਜੇ ਬਾਹਰੋਂ ਕਿਸੇ ਬਾਹਰਲੀ ਸਟੇਟ ਦੀ ਹੈਗੀ ਆ ਉਹਦੇ 'ਤੇ 2,00,000 ਰੁਪਈਆ। ਪਰ ਜ਼ੋਰਾਵਰ ਸਿੰਘ ਜੀ, ਕੀ ਇੱਥੇ ਇਹਨਾਂ ਠੇਕੇਦਾਰਾਂ 'ਤੇ ਕੋਈ ਕਾਰਵਾਈ ਹੋ ਰਹੀ ਹੈ? ਜੇਕਰ ਹੋਈ ਹੁੰਦੀ ਤਾਂ ਕੀ ਇਸ ਤਰ੍ਹਾਂ ਸ਼ਰੇਆਮ ਧੱਕਾ, ਸ਼ਰੇਆਮ ਮਨਮਾਨੀ ਚੱਲ ਰਹੀ ਹੁੰਦੀ? ਦੱਸੋ ਕਿ ਕੀ ਸਮਝੀਏ। ਇੱਥੇ ਇੱਕ ਗੱਲ ਹੋਰ ਵੀ ਦੱਸਣ ਵਾਲੀ ਹੈ ਕਿ ਹਰ ਬੋਤਲ ਦੀ ਵਿਕਰੀ ਦੇ ਨਾਲ ਹੀ ਇਹ ਜ਼ਰੂਰੀ ਹੁੰਦਾ ਹੈ ਕਿ ਬਕਾਇਦਾ ਖਰੀਦਣ ਵਾਲੇ ਨੂੰ ਉਸ ਦਾ ਬਿੱਲ ਦਿੱਤਾ ਜਾਵੇ, ਪਰ ਰੋਪੜ ਵਾਲਿਆਂ ਦਾ ਤਾਂ ਚੱਲਦਾ ਹੈ ਧੱਕਾ। ਇਹ ਬਿੱਲ ਮੰਗਣ 'ਤੇ ਹੱਥ 'ਚ ਪਰਚੀ ਨਹੀਂ ਫੜਾਉਂਦੇ, ਗੱਲ ਕਰਾਉਂਦੇ ਨੇ ਆਪਣੇ ਮਾਲਕਾਂ ਦੇ ਨਾਲ। ਜੋ ਗੱਲ ਕਰਾਉਂਦੇ ਤਾਂ ਆਪਾਂ ਦਿੰਦੇ ਆਪਣੇ ਆਪ ਦਿੰਦੇ। ਜੇਕਰ ਤੁਸੀਂ ਇੰਨੇ 'ਚ ਹੀ ਹੈਰਾਨ ਹੋ ਗਏ ਹੋ ਤਾਂ ਜ਼ਰਾ ਰੁਕੋ ਜਨਾਬ, ਪਿਕਚਰ ਤਾਂ ਹਲੇ ਬਾਕੀ ਹੈ। ਹਲੇ ਤਾਂ ਰੋਪੜ ਦੇ ਸ਼ਰਾਬ ਠੇਕੇਦਾਰਾਂ ਦੀ ਹੋਰ ਮਨਮਰਜ਼ੀਆਂ ਤੁਹਾਨੂੰ ਵਿਖਾਉਣੀਆਂ ਬਾਕੀ ਨੇ। ਕਈ ਠੇਕੇ ਤਾਂ ਮੁੱਖ ਮਾਰਗਾਂ 'ਤੇ ਹੀ ਖੁੱਲ੍ਹੇ ਹੋਏ ਨੇ, ਜੋ ਆਬਕਾਰੀ ਵਿਭਾਗ 'ਤੇ ਵੀ ਕਈ ਵੱਡੇ ਸਵਾਲ ਖੜ੍ਹੇ ਕਰ ਰਹੇ ਨੇ, ਕਿਉਂਕਿ ਇੱਥੇ ਦੱਸਣ ਮੁਤਾਬਕ ਨਜਾਇਜ਼ ਉਸਾਰੀਆਂ ਵੀ ਚੱਲ ਰਹੀਆਂ ਨੇ। ਆਬਕਾਰੀ ਵਿਭਾਗ ਵਾਲੇ ਹਲੇ ਤੱਕ ਇਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਪਾਏ। ਕਾਰਵਾਈ ਤਾਂ ਛੱਡੋ, ਇਹ ਤੱਕ ਸਾਫ ਨਹੀਂ ਕਰ ਪਾਏ ਕਿ ਇਹਨਾਂ ਮਾਰਗਾਂ 'ਤੇ ਠੇਕੇ ਖੋਲ੍ਹੇ ਵੀ ਜਾ ਸਕਦੇ ਨੇ ਜਾਂ ਫਿਰ ਨਹੀਂ। ਖੁੱਲ੍ਹ ਸਕਦੇ ਜਾਂ ਨਹੀਂ ਖੁੱਲ੍ਹ ਸਕਦੇ? ਇਹ ਅਸੀਂ ਜੀ ਜਿਹੜਾ ਸੰਬੰਧਿਤ ਮਹਿਕਮਾ ਹੈਗਾ, ਹਾਈਵੇ ਅਥੋਰਿਟੀ ਹੈਗੀ ਆ, ਉਹਨਾਂ ਨੂੰ ਅਸੀਂ ਲੈਟਰ ਲਿਖਿਆ ਹੋਇਆ, ਅਤੇ ਉਹਦੇ ਵਿੱਚ ਜੋ ਵੀ ਸਾਨੂੰ ਉਹਨਾਂ ਦਾ ਮਤਲਬ ਜਵਾਬ ਆਏਗਾ ਕਿ ਨੈਸ਼ਨਲ ਹਾਈਵੇ ਹੈਗਾ ਜਾਂ ਨਹੀਂ ਹੈਗਾ, ਉਹਦੇ ਅਕੋਰਡਿੰਗ ਆਪਾਂ ਤੁਹਾਨੂੰ ਦੱਸ ਪਾਵਾਂਗੇ। ਹੁਣ ਤੁਸੀਂ ਹੀ ਦੱਸੋ ਕਿ ਆਖਿਰ ਕੀ ਸਮਝੀਏ, ਅਜਿਹੇ ਠੇਕੇਦਾਰਾਂ 'ਤੇ ਕਦੋਂ ਹੋਵੇਗੀ ਰੇਡ? ਇਹ ਤਾਂ ਪਤਾ ਨਹੀਂ, ਪਰ ਹੁਣ ਜਦ ਇੰਨੀਆਂ ਗੱਲਾਂ ਹੋ ਹੀ ਰਹੀਆਂ ਨੇ ਤਾਂ ਰੇਟ ਦੀ ਵੀ ਗੱਲ ਕਰ ਲੈਂਦੇ ਹਾਂ। ਇਲਜ਼ਾਮ ਨੇ ਕਿ ਇੱਥੇ ਠੇਕੇਦਾਰ ਆਪਣੀ ਮਨਮਰਜ਼ੀ ਦੇ ਰੇਟਾਂ 'ਤੇ ਸ਼ਰਾਬ ਵੇਚ ਰਹੇ ਨੇ, ਸ਼ਰੇਆਮ ਲੁੱਟਾਂ ਖੋਹਾਂ ਹੋ ਰਹੀਆਂ ਨੇ। ਭਾਵੇਂ ਠੇਕਿਆਂ ਦੇ ਬਾਹਰ ਸ਼ਰਾਬ ਦੀਆਂ ਕੀਮਤਾਂ ਦੀ ਬਕਾਇਦਾ ਪੂਰੀ ਲਿਸਟ ਲੱਗੀ ਹੋਈ ਹੈ, ਪਰ ਇਹ ਰੇਟ ਬੋਤਲਾਂ 'ਤੇ ਲਿਖੇ ਰੇਟ ਤੋਂ ਕਈ ਗੁਣਾ ਜ਼ਿਆਦਾ ਨੇ। ਕਿੰਨੇ ਦੀ ਹੈ? 850 ਅਤੇ ਪ੍ਰਿੰਟ ਤਾਂ ਘੱਟ ਹੈ ਇਹਦੇ 'ਤੇ, ਪ੍ਰਿੰਟ ਤਾਂ 531 ਰੁਪਏ 'ਤੇ ਹੈ, 850 ਦੀ ਰਹੇ ਉੱਥੇ ਜੀ ਲੁਸਟ ਸੁੱਟ ਹੋ ਰਹੀ ਹੈ ਸਾਡੀ। ਬੋਤਲ 'ਤੇ ਜੋ ਰੇਟ ਲਿਖਿਆ ਹੋਇਆ ਪ੍ਰਿੰਟ ਰੇਟ ਦਾ, ਉਹਨਾਂ ਨੂੰ ਦੁੱਗਣੇ ਰੇਟ 'ਤੇ ਸਾਨੂੰ ਸ਼ਰਾਬ ਦੀ ਬੋਤਲ ਦਿੰਦੇ ਹਾਂ ਜੀ। ਅਸੀਂ ਕਰਿੰਦਿਆਂ ਨੂੰ ਕਹਿੰਦੇ ਹਾਂ, ਕਰਿੰਦੇ ਸਾਡੇ ਗਲ ਪੈਂਦੇ ਹਾਂ ਵੀ ਇੱਥੇ ਨਹੀਂ ਲੈਣੀ ਗਾ, ਅੱਗੇ ਹੋਰ ਦੁਕਾਨ 'ਤੇ ਲੈ ਲਓ ਜਾ ਕੇ, ਪਰ ਸਾਨੂੰ ਪੂਰੇ ਡਬਲ ਰੇਟ ਨੂੰ ਲੈਣੀ ਪੈਂਦੀ ਹੈ ਜੀ। ਮਨ ਮਰਜ਼ੀ ਚੱਲ ਰਹੀ ਹੈ ਜੀ ਠੇਕਿਆਂ ਦੀ ਆਪਣੀ, ਅੱਧੇ 500 ਦੀ ਬੋਤਲ 1,000 ਰੁਪਏ ਰੇਟ 'ਤੇ ਮਿਲ ਰਹੀ ਹੈ। ਠੇਕੇਦਾਰ ਹੋ ਗਏ, ਐਸਆਈਜ਼ ਜੋ ਵੀ ਮਰਜ਼ੀ ਕਹਿ ਲਓ, ਕੋਈ ਦੇਖਣੇ ਵਾਲਾ ਬੰਦਾ ਨਹੀਂ ਕਿਸੇ ਨੂੰ। ਇੱਥੇ ਇੱਕ ਗੱਲ ਦਾ ਜ਼ਿਕਰ ਖਾਸ ਤੌਰ 'ਤੇ ਕਰਨਾ ਬਣਦਾ ਹੈ ਕਿ ਸ਼ਰਾਬ ਦੀਆਂ ਬੋਤਲਾਂ 'ਤੇ ਜੋ ਰੇਟ ਲਿਖਿਆ ਹੁੰਦਾ ਹੈ ਉਹ ਮਿਨੀਮਮ ਸੈਲਿੰਗ ਪ੍ਰਾਈਸ ਹੁੰਦਾ ਹੈ, ਯਾਨੀ ਕਿ ਜੋ ਰੇਟ ਬੋਤਲ 'ਤੇ ਲਿਖਿਆ ਹੈ ਕੋਈ ਵੀ ਠੇਕੇਦਾਰ ਉਸ ਤੋਂ ਘੱਟ ਕੀਮਤ 'ਤੇ ਉਸ ਬੋਤਲ ਨੂੰ ਨਹੀਂ ਵੇਚ ਸਕਦਾ। ਪਰ ਇਸ ਦਾ ਇਹ ਮਤਲਬ ਵੀ ਨਹੀਂ ਹੁੰਦਾ ਕਿ ਮਨ ਮਰਜ਼ੀ ਕੀਮਤ ਲਾਈ ਜਾਵੇ।
ਧੱਕਾ ਕੀਤਾ ਜਾਵੇ। ਇਹ ਰੇਟ ਲਿਸਟ ਜਿਹੜੀ ਹੈਗੀ ਹੈ ਠੇਕੇਦਾਰ ਵੱਲੋਂ ਮਤਲਬ ਬਣਾਈ ਜਾਂਦੀ ਹੈ, ਮਤਲਬ ਕੁਛ ਅਸੀਂ ਵੀ ਉਹਨਾਂ ਨੂੰ ਡਾਇਰੈਕਟ ਕਰਦੇ ਹਾਂ ਵੀ ਤੁਸੀਂ ਇੰਨਾ ਵੀ ਬਹੁਤ ਜ਼ਿਆਦਾ ਰੇਟ ਨਹੀਂ ਰੱਖਣਾ, ਜੋ ਤੁਹਾਡਾ ਕੰਪੀਟੀਸ਼ਨ ਨਾਲ ਜਿੰਨਾ ਕੁ ਰੇਟ ਬਣਦਾ ਉਹ ਰੱਖੋ। ਅਤੇ ਜਿਹੜੇ ਸਾਡੇ ਬੋਟਲ 'ਤੇ ਰੇਟ ਲਿਖੇ ਹੁੰਦੇ ਨੇ ਉਹ ਸਰਕਾਰ ਵੱਲੋਂ ਤੈਅ ਕੀਤੇ ਜਾਂਦੇ ਨੇ, ਉਹ ਮਿਨੀਮਮ ਰੇਟ ਪ੍ਰਾਈਜ਼ ਹੁੰਦਾ ਜੀ, ਮਿਨੀਮਮ ਜਿਹੜਾ ਹੁੰਦਾ ਉਹਦੇ ਤੋਂ ਉੱਪਰ ਠੇਕੇਦਾਰ ਆਪਣੀ ਜਿੰਨਾ ਕੁ ਉਹਦਾ ਕੰਪੀਟੀਸ਼ਨ ਦੇ ਹਿਸਾਬ ਨਾਲ ਉਹ ਰੱਖ ਸਕਦਾ। ਜੀ ਹਾਂ, ਮਨਮਰਜ਼ੀ ਦੇ ਰੇਟਾਂ 'ਤੇ ਸ਼ਰਾਬ ਵੇਚੀ ਜਾ ਰਹੀ ਹੈ, ਖਰੀਦਣ ਵਾਲੇ ਨੂੰ ਤਾਂ ਕੋਈ ਬਿੱਲ ਨਹੀਂ ਦਿੱਤਾ ਜਾ ਰਿਹਾ, ਮਨਮਰਜ਼ੀ ਦੀਆਂ ਉਸਾਰੀਆਂ ਕੀਤੀਆਂ ਜਾ ਰਹੀਆਂ ਨੇ। ਇਸ ਸਭ ਦੇ ਖਿਲਾਫ ਕੋਈ ਖਾਸ ਸਖਤੀ ਜਾਂ ਕਹੀਏ ਕਿ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ। ਜੇਕਰ ਕੁਝ ਨਜ਼ਰ ਆ ਰਿਹਾ ਤਾਂ ਸ਼ਰੇਆਮ ਹੁੰਦਾ ਧੱਕਾ, ਨਿਯਮ ਕਾਇਦੇ ਕਾਨੂੰਨਾਂ ਨੂੰ ਇੱਥੇ ਕਿਵੇਂ ਛਿੱਕੇ ਟੰਗਿਆ ਜਾ ਰਿਹਾ। ਖੈਰ, ਜਦ ਤੱਕ ਐਕਸ਼ਨ ਨਹੀਂ ਹੁੰਦਾ, ਵਿਭਾਗ ਕਾਰਵਾਈ ਨਹੀਂ ਕਰਦਾ, ਰੇਟ ਕੰਟਰੋਲ ਨਹੀਂ ਹੁੰਦੇ, ਉਦੋਂ ਤੱਕ ਰੋਪੜ ਵਾਲਿਓ ਹੋਈ ਮਹਿੰਗੀ ਬਹੁਤ ਹੀ ਸ਼ਰਾਬ ਥੋੜ੍ਹੀ ਥੋੜ੍ਹੀ ਪੀਆ ਕਰੋ। ਯਾਦ ਰੱਖਿਓ, ਸ਼ਰਾਬ ਸਿਹਤ ਦੇ ਲਈ ਹਾਨੀਕਾਰਕ ਵੀ ਹੁੰਦੀ ਹੈ। ਬੀ ਟੀ ਸੀ ਨਿਊਜ਼ ਦੇ ਲਈ ਰੋਪੜ ਤੋਂ ਜਗਜੀਤ ਜੱਗੀ ਦੀ ਰਿਪੋਰਟ।